ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੁਹਾਡਾ ਇੱਕ ਬਿਆਨ ਹੈ ਮੂੰਹ ਚੋਂ ਜਿਵੇਂ ਗੁੱਸੇ ਦੇ ਵਿੱਚ ਤਲਖੀ ਦੇ ਵਿੱਚ ਇਹ ਸ਼ਬਦ ਨਿਕਲੇ ਆ। ਤੁਸੀਂ ਹਰਮਿੰਦਰ ਸਿੰਘ ਗਿੱਲ ਦੇ ਨਾਂ ਦਾ ਜ਼ਿਕਰ ਕੀਤਾ ਸੀ, ਉਹਨਾਂ ਦੇ ਖਿਲਾਫ ਮਨ ਚ ਸੀ ਕੋਈ ਰੰਜਿਸ਼? ਉਹ ਬੰਦਾ ਵਾਰ ਵਾਰ ਜਿਵੇਂ ਪਰਿਵਾਰਕ ਹੋਰ ਨਿੱਜੀ ਟਿੱਪਣੀਆਂ ਕਰਨੀਆਂ, ਐਵੇਂ ਜਾਣ ਬੁੱਝ ਕੇ ਅਗਲੇ ਨੂੰ ਟੋਰਚਰ ਕਰਨਾ, ਤੇ ਉਹ ਤਲਖੀ ਚ ਮੇਰੇ ਤੋਂ ਹੋਇਆ। ਹੁਣ ਤੇ ਮੰਤਰੀ ਬਣ ਗਏ, ਨਿੱਕੇ ਹੁੰਦੇ ਸ਼ਰਾਰਤੀ ਸੀ ਕਿ ਕਿੱਦਾਂ? ਜੰਗ ਦੇ ਮੈਦਾਨ ਦੇ ਵਿੱਚ ਅੱਜ ਗੱਲ ਕਰਾਂਗੇ ਵਿਧਾਨ ਸਭਾ ਹਲਕਾ ਪੱਟੀ ਦੀ, ਜਿੱਥੋਂ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਮੰਤਰੀ ਲਾਲਜੀਤ ਭੁੱਲਰ ਨੂੰ ਇੱਕ ਵਾਰ ਫਿਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ। ਹਾਲਾਂਕਿ ਉਹਨਾਂ ਦੇ ਲਈ ਇੱਕ ਨਵਾਂ ਤਜਰਬਾ ਤਾਂ ਇਸ ਵੇਲੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਆ, ਬੜੀ ਇੱਕ ਅਸੀਂ ਕਹਿ ਸਕਦੇ ਅਜੀਬ ਚੀਜ਼ ਇੱਥੇ ਦੇਖਣ ਨੂੰ ਮਿਲੀ ਹੈ ਕਿ ਮੰਤਰੀ ਔਰ ਜਿਹੜੇ ਲੋਕ ਉਹਨਾਂ ਨੂੰ ਮਿਲਣ ਦੇ ਲਈ ਇੱਥੇ ਪਹੁੰਚੇ ਨੇ ਉਹ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ ਹੋਏ ਨਜ਼ਰ ਆ ਰਹੇ ਨੇ। ਤਾਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਿਰਫ ਇਹ ਅੱਜ ਕੈਮਰਾ ਵੇਖ ਕੇ ਇੱਦਾਂ ਹੋਇਆ ਜਾਂ ਹਰ ਰੋਜ਼ ਇਹੀ ਮਾਹੌਲ ਰਹਿੰਦਾ? ਇਹ ਕੋਈ ਕੈਮਰੇ ਦੀ ਨਹੀਂ ਗੱਲ, ਮੈਂ ਵੀ ਇਸ ਤਰ੍ਹਾਂ ਕੰਮ ਕਰਦੇ ਆ ਇੱਥੇ ਹੀ ਫੁਲਕਾ ਛਕ ਲਈਦਾ। ਇੱਕ ਦੋ ਵਾਰੀ ਮੈਂ ਪਹਿਲਾਂ ਤੁਹਾਡੀਆਂ ਵੀਡੀਓ ਵੀ ਵੇਖ ਚੁੱਕਾ ਤੇ ਮੈਂ ਕਿਹਾ ਸ਼ਾਇਦ ਕੈਮਰੇ ਦੇ ਸਾਹਮਣੇ ਇਹ ਸਭ ਕੁਝ ਕੀਤਾ ਜਾਂਦਾ, ਪਰ ਹੁਣ ਮੈਂ ਦੇਖ ਰਿਹਾ ਸਾਰੇ ਇਕੱਠੇ ਬੈਠ ਕੇ। ਬਿਲਕੁਲ ਇਸ ਤਰ੍ਹਾਂ ਹੀ, ਇਹ ਮੇਰੇ ਭੈਣ ਭਰਾ, ਮੇਰੀਆਂ ਭੈਣਾਂ ਜਾਂ ਕੋਈ ਭਰਾ ਇਸ ਤਰ੍ਹਾਂ ਆਉਂਦਾ ਤੇ ਲੰਗਰ ਤੇ ਬਾਬੇ ਨਾਨਕ ਦਾ ਆਪਾਂ ਕੌਣ ਹੁੰਦੇ ਹਾਂ, ਤੇ ਇਸ ਤਰ੍ਹਾਂ ਹੀ ਬਹਿ ਕੇ ਨਾਲੇ ਕੰਮ ਕਰੀ ਜਾਈਦੇ ਆ। ਪੂਰਾ ਦਿਨ ਇੱਦਾਂ ਲੰਗਰ ਪ੍ਰਸ਼ਾਦਾ ਚੱਲਦਾ ਰਹਿੰਦਾ ਜਾਂ ਸਵੇਰ ਦੇ ਵੇਲੇ? ਨਾ, ਪ੍ਰਸ਼ਾਦਾ ਸਵੇਰ ਤੋਂ ਲੈ ਕੇ ਰਾਤ ਤੱਕ, ਜਦੋਂ ਤੱਕ ਮੈਂ ਇੱਥੇ ਦਫ਼ਤਰ ਬੈਠਾ ਰਹੀ ਨਾ, ਭਾਵੇਂ 11 ਵਜਣ, 12 ਵਜਣ, 1 ਵੀ ਵਜਦੇ, ਸਾਰਾ ਦਿਨ ਪ੍ਰਸ਼ਾਦਾ ਚੱਲਦਾ। ਤੇ ਬਾਕੀ ਕਈ ਨਾ ਹੁੰਦਾ ਮੈਂ ਹਲਕੇ ਚੋਂ ਬਾਹਰ ਹੁੰਦਾ, ਕਈ ਭੈਣ ਭਰਾ ਦੋ ਦੋ ਤਿੰਨ ਤਿੰਨ ਘੰਟੇ ਵੇਟ ਵੀ ਕਰਨੀ ਪੈਂਦੀ ਹੈ ਜਦੋਂ ਬਾਹਰ ਹੁੰਦਾ। ਮੈਂ ਗੱਲਬਾਤ ਸ਼ੁਰੂ ਕਰਤੀ, ਹਾਲਾਂਕਿ ਖਾਣਾ ਖਾਂਦਿਆਂ ਕਹਿੰਦੇ ਨੇ ਵੀ ਗੱਲਬਾਤ ਨਹੀਂ ਕਰਨੀ ਚਾਹੀਦੀ, ਪਰ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿਉਂਕਿ ਇੱਕ ਬੜੀ ਵੱਖਰੀ ਤਸਵੀਰ ਇੱਥੇ ਦੇਖਣ ਨੂੰ ਮਿਲੀ, ਤਾਂ ਗੱਲਬਾਤ ਦਾ ਸਿਲਸਿਲਾ ਅਸੀਂ ਅੱਗੇ ਵੀ ਜਾਰੀ ਰੱਖਾਂਗੇ। ਮੰਤਰੀ ਸਾਹਿਬ ਖਾਣਾ ਖਾ ਚੁੱਕੇ ਨੇ ਤਾਂ ਹੁਣ ਗੱਲਬਾਤ ਸ਼ੁਰੂ ਕਰਦੇ ਹਾਂ। ਸਿਆਸੀ ਜਿਹੜਾ ਉਹਨਾਂ ਦਾ ਜੀਵਨ ਹੈ ਉਹਦੇ ਨਾਲ ਨਾਲ ਨਿੱਜੀ ਜ਼ਿੰਦਗੀ ਬਾਰੇ ਵੀ ਕੁਝ ਸਵਾਲ ਜ਼ਰੂਰ ਕਰਾਂਗੇ। ਤਾਂ ਮੰਤਰੀ ਸਾਹਿਬ ਮੈਂ ਚਾਹੁੰਦਾ ਇਹ ਗੱਲਬਾਤ ਦੇ ਨਾਲ ਨਾਲ ਅਸੀਂ ਤੁਹਾਡਾ ਉਹ ਇਲਾਕਾ, ਉਹ ਗਲੀਆਂ ਵੀ ਦੇਖੀਏ ਜਿੱਥੇ ਤੁਸੀਂ ਬਚਪਨ ਬਿਤਾਇਆ, ਜਿੱਥੇ ਤੁਸੀਂ ਸਕੂਲ ਜਾਂਦੇ ਸੀ, ਕਿੱਦਾਂ ਇਹ ਪੂਰਾ ਸਬੱਬ ਬਣਿਆ? ਤਾਂ ਇੱਕ ਮੈਂ ਪਹਿਲਾਂ ਇਹ ਇੱਥੋਂ ਸ਼ੁਰੂਆਤ ਕਰਨੀ ਚਾਹੁੰਦਾ ਜਿੱਥੇ ਅਸੀਂ ਦਫ਼ਤਰ 'ਚ ਬੈਠੇ ਹਾਂ। ਮੈਨੂੰ ਲੱਗ ਰਿਹਾ ਤੁਹਾਡੇ ਘਰ ਦਾ ਸ਼ਾਇਦ ਪਹਿਲਾਂ ਡਰਾਇੰਗ ਰੂਮ ਸੀ, ਇਹਦੇ ਬਾਰੇ ਜ਼ਰੂਰ ਦੱਸੋ। ਨਹੀਂ ਨਹੀਂ, ਘਰ ਤਾਂ ਸਾਡਾ ਦੂਜੀ ਸਾਈਡ 'ਤੇ ਆ, ਆ ਸਾਹਮਣੇ ਆ ਘਰ ਆਪਣਾ, ਇਹ ਸਾਡਾ ਦਫ਼ਤਰ ਹੀ ਆ। ਚਲੋ ਆਪਾਂ ਗੱਲਬਾਤ ਕਰਦੇ ਕਰਦੇ ਨਾਲ ਇਹ ਵੀ ਦੇਖਦੇ ਹਾਂ, ਤਾਂ ਇਹ ਇਹਨਾਂ ਦਾ ਆਫਿਸ ਆ ਜਿੱਥੇ ਹਰ ਰੋਜ਼ ਸਵੇਰ ਤੋਂ ਹੀ ਕਿੰਨੇ ਕੁ ਵਜੇ ਮੰਤਰੀ ਸਾਹਿਬ ਜਿਹੜੇ ਜਨਤਾ ਮਿਲਣ ਵਾਸਤੇ ਪਹੁੰਚ ਜਾਂਦੀ ਹੈ? ਸਵੇਰੇ 6 ਵਜੇ ਤਕਰੀਬਨ ਮੈਂ ਤਿਆਰ ਹੋਣ ਤੋਂ ਬਿਨਾਂ ਹੀ ਇੱਥੇ, ਹੁਣ ਤੇ ਇਲੈਕਸ਼ਨ ਆ, ਹੁਣ ਤੇ ਵੇਲੇ ਨਾਲ ਤਿਆਰ ਵੀ ਹੋਣਾ। ਹਾਂ, ਆਹ ਸਾਹਮਣੇ, ਹਾਂ ਆਹ ਘਰ, ਹਾਂ ਇਹ ਪੁਰਾਣਾ ਹੀ ਘਰ ਆ, ਉਸੇ ਨੂੰ ਰੈਨੋਵੇਟ ਕਰਕੇ ਤੇ ਕਰਦੇ ਪਏ ਆ। ਬਿਲਕੁਲ, ਆਪਾਂ ਚੱਲਦੇ ਹਾਂ ਹੇਠਾਂ ਤੇ ਨਾਲ ਨਾਲ ਗੱਲਬਾਤ ਵੀ ਜਾਰੀ ਰੱਖਦੇ ਹਾਂ। ਤੇ ਇੱਕ ਚੀਜ਼ ਦੱਸੋ ਕਿ ਕਦੇ ਬਚਪਨ ਦੇ ਵਿੱਚ ਇਹ ਗੱਲ ਸੋਚੀ ਸੀ ਕਿ ਸਿਆਸਤਦਾਨ ਬਣਨਾ ਜਾਂ ਸਿਆਸਤ ਦੇ ਵਿੱਚ ਆਉਣਾ? ਦੇਖੋ, ਜਦੋਂ ਇੱਕ ਆਮ ਪਰਿਵਾਰ ਦੇ ਵਿੱਚੋਂ ਬੰਦਾ ਹੋਵੇ, ਕੋਈ ਪੋਲੀਟੀਕਲ ਪਿਓ ਦਾਦਾ ਜਾਂ ਕੋਈ ਨਾਨਕਿਆਂ ਦੇ ਵਿੱਚੋਂ ਕੋਈ ਨਾ ਹੋਵੇ, ਤੇ ਇਹ ਗੱਲ ਤੇ ਲਾਗੇ ਚਾਗੇ ਵੀ ਨਹੀਂ ਆਉਂਦੀ ਵੀ ਕੋਈ ਆਪਾਂ ਲੀਡਰ ਬਣਨਾ ਜਾਂ ਕੋਈ ਗੱਲਬਾਤ, ਕੋਈ ਇਹੋ ਜਿਹੀ ਗੱਲ ਨਹੀਂ ਸੋਚੀ। ਇਹ ਸਮੇਂ ਦੀਆਂ ਜਿਹੜੀਆਂ ਹੁੰਦੀਆਂ ਆ ਸੱਟਾਂ, ਇਹ ਇੱਥੇ ਨਹੀਂ, ਇਹ ਇੱਥੇ ਗੱਡੀ ਗੁੱਡੀ, ਸਾਡਾ ਟਰੈਕਟਰ, ਸਾਡੇ ਖੇਤ ਵਾਲੇ ਜਿਹੜੇ ਅਸੀਂ ਸੰਦ ਸੁੰਦ ਲਾਉਣੇ ਹੁੰਦੇ, ਹੱਲਾਂ ਤਵੀਆਂ, ਉਹ ਸਾਰਾ ਕੁਝ ਇੱਧਰ ਪੁਰਾਣਾ ਘਰ ਆ। ਮੈਂ ਦਿਖਾਉਣਾ ਚਾਹੁੰਦਾ ਕਿ ਇਹ ਪੁਰਾਣਾ ਘਰ ਆ, ਬਚਪਨ ਤੁਹਾਡਾ ਜਿਹੜਾ ਇਹਨਾਂ ਗਲੀਆਂ 'ਚ ਦੇਖਿਆ। ਹਾਂ ਹਾਂ, ਬਚਪਨ ਮੈਂ ਚਾਹੁੰਦਾ ਅਸੀਂ ਇਹ ਪੂਰਾ ਇਲਾਕਾ ਵੀ ਦਿਖਾਈਏ। ਇੱਕ ਮੰਤਰੀ ਸਾਹਿਬ ਮੈਂ ਸ਼ੁਰੂਆਤ ਦੇ ਵਿੱਚ
ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੁਹਾਡਾ ਇੱਕ ਬਿਆਨ ਹੈ, ਉਹਨੂੰ ਲੈ ਕੇ ਬੜੀਆਂ ਤਰ੍ਹਾਂ ਦੀਆਂ ਚਰਚਾਵਾਂ ਨੇ, ਹਾਲਾਂਕਿ ਤੁਸੀਂ ਸਫਾਈ ਵੀ ਦੇ ਚੁੱਕੇ ਹੋ, ਤਾਂ ਇਹ ਗੱਲ ਕਿੱਦਾਂ ਤੁਹਾਡੇ ਦਿਮਾਗ 'ਚ ਆ ਗਈ ਕਿ ਆਹ ਚੀਜ਼ ਮੈਨੂੰ ਕਹਿਣੀ ਚਾਹੀਦੀ? ਦੇਖੋ, ਸਾਰੀਆਂ ਜਿੰਨੀਆਂ ਵੀ ਬਰਾਦਰੀਆਂ SC BC ਜਰਨਲ, ਹਰ ਬਰਾਦਰੀ ਦਾ ਮੈਂ ਸਤਿਕਾਰ ਕਰਦਾ, ਹਰ ਧਰਮ ਦਾ ਸਤਿਕਾਰ ਕਰਦਾ। ਉਹ ਜਿਵੇਂ ਵੱਡਿਆਂ ਵੱਡਿਆਂ ਤੋਂ ਵੀ ਗਲਤੀਆਂ ਹੋ ਜਾਂਦੀਆਂ, ਮੈਂ ਤਾਂ ਵੇਖੋ ਇੱਕ ਨਿਮਾਣਾ ਜਿਹਾ ਗੁਰੂ ਦਾ ਚਰਨਾਂ, ਗੁਰੂ ਦੇ ਚਰਨਾਂ ਦੀ ਧੂੜ ਵੀ ਨਹੀਂ ਮੈਂ ਦੇ ਤਲਖੀ ਦੇ ਵਿੱਚ, ਜਿਵੇਂ ਕਹਿ ਲਓ ਮੂੰਹ ਚੋਂ ਲਫ਼ਜ਼ ਨਿਕਲ ਗਿਆ, ਨਿਕਲਣੇ ਨਹੀਂ ਚਾਹੀਦੇ। ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਹ ਗੱਲ ਕਹੀ ਸੀ ਜਾਂ ਕਿਸੇ ਵਾਕਈ ਕਿਸੇ ਸਮਾਜ ਨੂੰ ਟਾਰਗੇਟ ਕਰਦੇ? ਨਹੀਂ, ਕਿਸੇ ਸਮਾਜ ਨੂੰ ਜਾਂ ਕਿਸੇ ਬਰਾਦਰੀ ਨੂੰ ਮੈਂ ਇਹ ਕੋਈ ਟਾਰਗੇਟ ਨਹੀਂ ਕੀਤਾ। ਮੂੰਹ ਚੋਂ ਜਿਵੇਂ ਗੁੱਸੇ ਦੇ ਵਿੱਚ, ਤਲਖੀ ਦੇ ਵਿੱਚ ਇਹ ਸ਼ਬਦ ਨਿਕਲੇ ਆ। ਤੁਸੀਂ ਦੇਖ ਪਾ ਰਹੇ ਹੋ ਕਿ ਉਹ ਜਿਹੜੇ ਇੱਥੇ ਆਸ ਪਾਸ ਦੇ ਦੁਕਾਨਦਾਰ ਨੇ ਉਹਨਾਂ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ। ਇਸ ਵੇਲੇ ਮੰਤਰੀ ਸਾਹਿਬ ਪਕੌੜੇ ਤੁਸੀਂ ਦੇਖ ਸਕਦੇ ਹੋ ਕਿ ਤਾਂ ਬਚਪਨ ਦੇ ਇੱਕ ਦੁਕਾਨ ਕਿੰਨੀ ਕੁ ਪੁਰਾਣੀ ਹੈ ਔਰ ਕਦੋਂ ਤੋਂ ਇੱਥੋਂ ਤੁਸੀਂ ਪਕੌੜੇ ਜਾਂ ਸਮੋਸੇ ਖਾ ਰਹੇ ਹੋ? ਇਹ ਦੁਕਾਨ ਬੜੀ ਪੁਰਾਣੀ ਆ ਤੇ ਭਰਾ ਸਾਡੇ ਮਹੱਲੇ ਦੇ ਆ, ਮੇਰੀ ਗਲੀ ਦੇ ਆ। ਅੱਛਾ, ਪਹਿਲਾਂ ਇਹਨਾਂ ਦੇ ਪਿਤਾ ਜੀ ਹੁੰਦੇ ਸੀ ਦੁਕਾਨ ਤੇ, ਪਹਿਲਾਂ ਇਹਨਾਂ ਦੇ ਦਾਦਾ ਜੀ, ਸੱਚ ਇਹ ਬੜੀ ਪੁਰਾਣੀ ਦੁਕਾਨ ਇਹਨਾਂ ਦੀ, ਪਹਿਲਾਂ ਇਹਨਾਂ ਦੇ ਦਾਦਾ ਜੀ ਹੁੰਦੇ ਸੀ, ਮੁੜ ਕੇ ਇਹਨਾਂ ਦੇ ਪਿਤਾ ਜੀ ਸਰਦਾਰ ਸੁਖਦੇਵ ਸਿੰਘ ਇੱਥੇ ਹਲਵਾਈ ਦਾ ਕੰਮ ਕਰਦੇ ਸੀ, ਤੇ ਗਾਂ ਹੁਣੇ ਸਾਡਾ ਵੀਰ ਸੋਨੂੰ ਤੇ ਵੀਰ ਪ੍ਰਤਾਪ, ਇਹ ਦੋਵੇਂ ਸਕੇ ਭਰਾ ਆ। ਸਵਾਦ ਉਹੀ ਹੈ ਜਿਹੜਾ, ਬਿਲਕੁਲ ਉਹੀ ਸਵਾਦ ਆ ਤੇ ਬੜੀ ਪੁਰਾਣੀ ਇਹਨਾਂ ਦੀ ਦੁਕਾਨ। ਜਿਹੜੇ ਮੈਂ ਬਿਆਨ ਤੇ ਫੇਰ ਆ ਰਿਹਾ, ਇੱਥੇ ਮੈਂ ਦੇਖ ਰਿਹਾ ਕਿ ਸਾਰੇ ਵੱਖ ਵੱਖ ਧਰਮਾਂ ਨਾਲ, ਜਾਤੀਆਂ ਨਾਲ, ਲੋਕ ਵਰਗਾਂ ਦੇ ਨਾਲ ਸੰਬੰਧਿਤ ਲੋਕ ਨੇ, ਪਰ ਇੱਥੇ ਤਾਂ ਕੋਈ ਭੇਦਭਾਵ ਨਜ਼ਰ ਨਹੀਂ ਆ ਰਿਹਾ, ਫਿਰ ਉਸ ਬਿਆਨ ਨੂੰ ਕਿੱਦਾਂ ਦੇਖਿਆ ਜਾਵੇ? ਮੈਂ ਤੇ ਇਹੋ ਕਹਿੰਦਾ ਵੀ ਉਹ ਕਿਤੇ ਕੋਈ ਸਮਾਂ ਮਾੜਾ ਸੀ, ਸਮਾਂ ਮਾੜਾ ਸੀ, ਮੇਰੇ ਮੂੰਹੋਂ ਜਿਹੜੀ ਗੱਲ ਨਿਕਲੀ ਆ ਉਹ ਮੈਂ ਆਪ ਉਹਦੇ ਲਈ ਵਾਰ ਵਾਰ ਮਹਿਸੂਸ ਕਰ ਰਿਹਾ ਉਹਦੇ ਮਨ ਦੇ ਵਿੱਚ ਵੀ ਪਰਿਵਾਰ ਤੇ ਯਾਰ ਸਾਡੇ ਆਪਦੇ ਆ, ਤੇ ਮੈਂ ਆਪਦੇ ਬਾਰੇ ਹੀ ਆਪੇ ਹੀ ਗੱਲ ਕਰ ਲਈ ਆ। ਤੇ ਹੁਣ ਸ਼ਾਹ ਜੀ ਬੈਠੇ ਆ, ਇਹ ਸਾਡੇ ਸਤਿਕਾਰਯੋਗ ਨੇ, ਹਿੰਦੂ ਬਰਾਦਰੀ ਨਾਲ ਸੰਬੰਧ ਰੱਖਦੇ, ਇਹਨਾਂ ਨਾਲ ਵੀ ਪਿਆਰ ਆ। ਮੇਰੇ ਪਿਤਾ ਜੀ ਇਹਨਾਂ ਦੇ ਪਰਿਵਾਰ ਨਾਲ ਤੁਹਾਡਾ ਕਿੰਨਾ ਕੁ ਪੁਰਾਣਾ ਪਿਆਰ? ਹੁਣ ਤੇ ਮੰਤਰੀ ਬਣ ਗਏ, ਨਿੱਕੇ ਹੁੰਦੇ ਸ਼ਰਾਰਤੀ ਸੀ ਕਿ ਕਿੱਦਾਂ? ਅੱਛਾ ਅੱਛਾ, ਤੇ ਕਿੰਨਾ ਕੁ ਮਤਲਬ ਮਾਣ ਮਹਿਸੂਸ ਹੁੰਦਾ ਕਿ ਜਦੋਂ ਤੁਸੀਂ ਇੱਕ ਮੰਤਰੀ ਬਣਨ ਤੋਂ ਬਾਅਦ ਵੀ ਏਦਾਂ ਨਿਕਲਦੇ ਹੋ ਤਾਂ ਆਸ਼ੀਰਵਾਦ, ਪਿਆਰ, ਚਾਹੇ ਕੋਈ ਛੋਟਾ ਹੈ, ਕੋਈ ਵੱਡਾ ਹੈ, ਬਜ਼ੁਰਗ ਹੈ, ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਔਰ ਇਹਨੂੰ ਮੇਨਟੇਨ ਕਿੱਦਾਂ ਰੱਖਦੇ ਹੋ? ਦੇਖੋ, ਇਹ ਸਾਡੇ ਪਰਿਵਾਰ ਨੇ, ਸਾਡੇ ਇੱਥੇ ਇੱਕੋ ਵਾਰਡ ਆ, ਇੱਕੋ ਮਹੱਲਾ, ਗੁਆਂਢੀ ਨੇ ਸਾਡੇ। ਇਹ ਮੈਂ ਅੱਗੇ ਦੱਸਣ ਲੱਗਾ ਵੀ ਇਹ ਹਿੰਦੂ ਬਰਾਦਰੀ ਨਾਲ ਸੰਬੰਧ ਰੱਖਦੇ ਆ। ਸ਼ਾਹ ਜੀ, ਹਰੀ ਸ਼ਾਹ ਜੀ ਆ ਇਹਨਾਂ ਦਾ, ਇਹਨਾਂ ਦਾ ਸਾਈਕਲਾਂ ਦਾ ਸ਼ੋਰੂਮ ਆ, ਵਧੀਆ ਕੰਮ ਆ। ਇਹ ਮੇਰਾ ਭਰਾ ਸਰਬਜੀਤ ਸਿੰਘ ਆ, ਇੱਥੇ ਇਹ ਮੋਟਰਾਂ ਦਾ ਕੰਮ ਕਰਦੇ, ਬੜਾ ਵਧੀਆ ਕਾਰੀਗਰ ਆ ਮੇਰਾ ਭਰਾ, ਬਹੁਤ ਟੌਪ ਦਾ ਕਾਰੀਗਰ ਆ, ਅਤੇ ਇਹਦੇ ਨਾਲ ਵੀ ਸ਼ੁਰੂ ਤੋਂ ਹੀ ਪਿਆਰ ਆ। ਇਹ ਕਹਿ ਲਓ ਵੀ ਜੇ ਕਹੀਏ ਵੀ ਆਪਦੇ ਪਰਿਵਾਰ, ਇਹ ਆਪਦੇ ਪਰਿਵਾਰ ਨੇ। ਪਰ ਜਿਹੜਾ ਤੁਸੀਂ ਹਰਮਿੰਦਰ ਸਿੰਘ ਗਿੱਲ ਦੇ ਨਾਂ ਦਾ ਜ਼ਿਕਰ ਕੀਤਾ ਸੀ, ਉਹਨਾਂ ਦੇ ਖਿਲਾਫ਼ ਮਨ 'ਚ ਸੀ ਕੋਈ ਰੰਜਿਸ਼ ਜਾਂ ਕੋਈ ਗੁੱਸਾ? ਰੰਜਿਸ਼ ਤਾਂ ਮੇਰੀ ਕਿਸੇ ਨਾਲ ਨਹੀਂ ਗਈ, ਰੰਜਿਸ਼ ਕਿਸੇ ਨਾਲ ਨਹੀਂ ਗਈ। ਉਹ ਬੰਦਾ ਵਾਰ ਵਾਰ ਜਿਵੇਂ ਪਰਿਵਾਰਕ ਹੋਰ ਨਿੱਜੀ ਟਿੱਪਣੀਆਂ ਕਰਨੀਆਂ, ਐਵੇਂ ਜਾਣ ਬੁੱਝ ਕੇ ਅਗਲੇ ਨੂੰ ਟੋਰਚਰ ਕਰਨਾ, ਅਤੇ ਉਹ ਤਲਖੀ 'ਚ ਮੇਰੇ ਤੋਂ ਹੋਇਆ, ਹੋਣਾ ਨਹੀਂ ਸੀ ਚਾਹੀਦਾ, ਗਲਤ ਹੋਇਆ ਜੋ ਵੀ ਹੋਇਆ। ਅਤੇ ਮੰਤਰੀ ਸਾਹਿਬ, ਹੁਣ ਮੈਂ ਉਹੀ ਗੱਲ ਆਈ ਹੈ ਆਪਾਂ ਸਿਆਸਤ 'ਤੇ,
ਹੁਣ ਤੁਸੀਂ ਐਮਪੀ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਹੋ, ਲੋਕਾਂ ਦਾ ਕਿੰਨਾ ਕੁ ਹੁੰਗਾਰਾ ਮਿਲ ਰਿਹਾ ਔਰ ਕੀ ਤੁਸੀਂ ਆਪਣੇ ਹਲਕੇ ਦੇ ਲਈ ਸੋਚਿਆ ਕਿ ਮੈਂ ਆਉਣ ਵਾਲੇ ਸਮੇਂ 'ਚ ਆਪਣੇ ਹਲਕੇ ਦੇ ਲਈ ਆਹ ਕੰਮ ਕਰਨੇ ਬਹੁਤ ਜ਼ਰੂਰੀ ਜਿਹੜੇ ਹੁਣ ਤੱਕ ਨਹੀਂ ਹੋਏ? ਸਭ ਤੋਂ ਮੇਨ ਅਤੇ ਵੱਡਾ ਕੰਮ ਆ ਸਾਡੇ ਇਲਾਕੇ ਦਾ, ਸਾਡਾ ਏਰੀਆ ਜਿਹੜਾ ਖਡੂਰ ਸਾਹਿਬ ਲੋਕ ਸਭਾ ਆ, ਇਹਦੇ 'ਚ ਹੜ੍ਹ ਪੀੜਿਤ ਬੜੀ ਮਤਲਬ ਕਿਸਾਨੀ ਬੈਲਟ ਜਿਹੜੀ ਆ ਬਹੁਤ ਹੜ੍ਹ ਨਾਲ ਪ੍ਰਭਾਵਿਤ ਹੁੰਦੀ। ਪਿਛਲੇ ਸਮੇਂ 'ਚ ਅਸੀਂ ਵੇਖਿਆ ਵੀ ਹੈ ਜਦੋਂ ਆਪਾਂ ਤੁਰ ਪੈਂਦੇ ਪਿੱਛੋਂ, ਹਲੋ ਸਾਹਿਬ ਜੀ, ਆਪਾਂ ਤੁਰ ਪੈਂਦੇ ਹਾਂ ਸੁਲਤਾਨਪੁਰ ਲੋਧੀ ਤੋਂ, ਸੁਲਤਾਨਪੁਰ ਲੋਧੀ, ਕਪੂਰਥਲਾ, ਮੁੰਡੀ ਮੋੜ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਮੁੱਠਿਆਂ ਵਾਲਾ, ਸਭਰਾ, ਝੁੱਗੀਆਂ, ਨੂਰ ਮੁਹੰਮਦ, ਇਹ ਸਾਰੇ ਪਿੰਡ ਜਿਹੜੇ ਆ ਬਾਰਡਰ ਬੈਲਟ ਦੇ ਵਿੱਚ ਨਾਲ ਆਉਂਦੇ ਆ। ਇੱਧਰਲਾ ਬੰਨਾ ਜਿਹੜਾ ਸਭਰਾਵਾਂ ਤੋਂ ਪਰਾਂ ਨੂੰ ਪਾਣੀ ਪਿਆ ਦਿਓ ਘੁੱਟ ਕੇ, ਅਤੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਉਹ ਹੜ੍ਹ ਦੇ ਪਾਣੀ ਨਾਲ ਜਿਹੜੀ ਆ ਨੁਕਸਾਨੀ ਗਈ, ਅਤੇ ਮੁਆਵਜ਼ਾ ਜਿਹੜੀ ਸੈਂਟਰ ਗੌਰਮੈਂਟ ਆ ਮਹਿਜ ਸਿਰਫ 6800 ਰੁਪਈਆ ਦਿੰਦੀ ਆ, ਅਤੇ ਨੁਕਸਾਨ ਜਿਹੜਾ ਵਾ ਉਹ ਤਾਂ ਪੂਰਾ ਆਪਾਂ ਕਰ ਹੀ ਨਹੀਂ ਸਕਦੇ ਜਿੰਨਾ ਨੁਕਸਾਨ ਹੋ ਜਾਂਦਾ। ਕਿਤੇ 5 ਫੁੱਟ ਰੇਤ ਚੜ ਗਈ ਆ, ਕਿਤੇ 5-7 ਫੁੱਟ ਜਿਹੜਾ ਉਹ ਟੋਏ ਪੈ ਗਏ ਆ। ਤਾਂ ਮੈਂ ਇੱਕ ਹੋਰ ਇਹਨਾਂ ਦੀ ਜਿਹੜੀ ਸਿੰਪਲੀਸਿਟੀ ਦਿਖਾ ਦਿਆਂ ਕਿ ਕੋਈ 5-7 ਸਟਾਰ ਹੋਟਲ ਵਰਗੀ ਇੱਥੇ ਕੋਈ ਚੀਜ਼ ਨਹੀਂ ਹੈ, ਪਰ ਜਿੱਦਾਂ ਹੀ ਸਮਾਨ ਉਹਨਾਂ ਦਾ ਕਹਿਣਾ ਕਿ ਮੈਂ ਬਚਪਨ ਇਹਨਾਂ ਗਲੀਆਂ 'ਚ ਗੁਜ਼ਾਰਿਆ, ਬਚਪਨ ਦੇ ਵਿੱਚ ਇਹਨਾਂ ਦੁਕਾਨਾਂ ਤੋਂ ਹੀ ਉਹ ਸਾਰੀਆਂ ਚੀਜ਼ਾਂ ਲੈ ਕੇ ਖਾਂਦੇ ਰਹੇ ਨੇ। ਤੁਸੀਂ ਦੇਖੋ ਕਿ ਲੋਕਾਂ ਦੇ ਨਾਲ ਮਿਲਦੇ ਹੋਏ ਵੀ ਨਜ਼ਰ ਆ ਰਹੇ। ਤੁਸੀਂ ਦੇਖੋ ਕਿ ਤਸਵੀਰਾਂ ਜਿਹੜੀਆਂ ਨੇ ਉਹ ਖਿਚਵਾਈਆਂ ਜਾ ਰਹੀਆਂ ਨੇ ਔਰ ਮੁਲਾਕਾਤ ਹਰ ਕਿਸੇ ਦੇ ਨਾਲ ਜੋ ਹੈ ਉਹ ਕੀਤੀ ਜਾ ਰਹੀ ਹੈ, ਗੱਲਬਾਤ ਵੀ ਅਸੀਂ ਜਾਰੀ ਰੱਖਾਂਗੇ। ਪਰ ਇਹ ਵੀ ਇੱਕ ਵੱਖਰੀ ਤਸਵੀਰ ਹੈ ਕਿ ਗੱਲ ਤਾਂ ਇਹ ਤੁਸੀਂ ਦੇਖੋ ਕਿ ਇਹਨਾਂ ਦੇ ਕੋਲ ਇੱਕ ਜਿਹੜੀ ਨੋਟਬੁੱਕ ਹੈ ਉਹਦੇ ਉੱਤੇ ਬਕਾਇਦਾ ਲਾਲਜੀਤ ਭੁੱਲਰ, ਇਹ ਜਦੋਂ MLA ਦੀ ਚੋਣ ਲੜੇ ਸੀ। ਤਾਂ ਮੈਂ ਬਾਰੇ ਜਰਨੈਲ ਸਾਹਿਬ ਬਾਰੇ ਦੱਸਣ ਲੱਗਾ ਵੀ ਇੱਕ ਉਹ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ, ਪਰ ਮਰਦ ਉਹ ਹੈ ਜੋ ਜ਼ਮਾਨੇ ਕੋ ਬਦਲ ਦਿੱਤੇ ਹੈ। ਤਾਂ ਇਹ ਹੁਣ ਕੀ ਉਮੀਦ ਕੀ ਹੈ ਇਸ ਵਾਰੀ ਲੋਕ ਸਭਾ ਦੇ ਵਿੱਚ ਉੱਤਰੇ ਕੇ ਮਤਾਂ ਕੀਤੇ ਨੇ? ਦੇਖੋ ਉੱਤੋਂ ਰੁਕਾਵਟ ਹੈ ਸੈਂਟਰ ਤੋਂ, ਇਹਨਾਂ ਵੱਲੋਂ ਕੋਈ ਕਮੀ ਨਹੀਂ। ਚਲੋ ਮੈਂ ਨਾਲ ਨਾਲ ਗੱਲਬਾਤ ਵੀ, ਭੁੱਲਰ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਹੜ੍ਹਾਂ ਦੀ ਮਾਰ ਜਿਹੜਾ ਉਹ ਚੱਲਦਾ ਤੁਹਾਡਾ ਇਲਾਕਾ, ਕਿਹੜੀ ਕਿਹੜੀ ਐਸੀ ਸਮੱਸਿਆ, ਉਹਨਾਂ ਦਾ ਹੱਲ ਕੀ ਹੈ? ਤੁਸੀਂ ਜੇਕਰ MP ਬਣਦੇ ਹੋ ਤਾਂ ਹੜ੍ਹ ਕਿੱਦਾਂ ਰੋਕ ਲੋਗੇ? ਉਹ ਤਾਂ ਕੁਦਰਤੀ ਇੱਕ ਕਹਿੰਦੇ ਕਿ ਮਾਰ ਹੈ। ਦੇਖੋ ਜਿਹੜੀ ਬਾਰਿਸ਼ ਆ ਨਾ ਇਹ ਕੁਦਰਤ ਦੇ ਵਾਸ ਆ, ਜਦੋਂ ਵੀ ਹਿਮਾਚਲ 'ਚ ਜਾਂ ਇੱਥੇ ਸਾਡੇ ਪੰਜਾਬ 'ਚ ਵੀ ਜ਼ਿਆਦਾ ਬਾਰਿਸ਼ ਹੁੰਦੀ ਹੈ ਅਤੇ ਹੜ੍ਹ ਆ ਕੇ ਪਾਣੀ ਜਿਹੜਾ ਉਹ ਸਾਡੇ ਏਰੀਏ ਨੂੰ ਆਉਂਦਾ, ਇੱਥੋਂ ਆ ਕੇ ਪਾਕਿਸਤਾਨ ਨੂੰ ਚਲਾ ਜਾਂਦਾ, ਅਤੇ ਇਹ ਜਿਹੜਾ ਨੁਕਸਾਨ ਹੁੰਦਾ ਆ ਉਹਦੀ ਮੈਂ ਜੇਕਰ 6800 ਰੁਪਈਆ ਕੇਂਦਰ ਗੌਰਮੈਂਟ ਦਿੰਦੀ ਆ। ਬਜ਼ੁਰਗ ਬੈਠੇ ਇਹਨੂੰ ਪੰਜਾਬੀ ਜਾਂ ਆਪਾਂ ਮਾਝੇ ਵਾਲੇ ਜਗਾੜੂ ਰੇਹੜੀ ਕਹਿ ਦਿੰਦੇ ਸ਼ਾਇਦ, ਪਰ ਉਹ ਤੋਂ ਬਾਅਦ ਤੁਸੀਂ ਇਹਨਾਂ ਲੋਕਾਂ ਦੇ ਲਈ ਇਹ ਮੰਗ ਜਿਹੜੀ ਆ ਇਹਨੂੰ ਤੁਸੀਂ ਕਿਹਾ ਸੀ ਕਿ ਇਹਨਾਂ ਲੋਕਾਂ ਦਾ ਰੋਜ਼ੀ ਰੋਟੀ ਇੱਥੋਂ ਚੱਲਦੀ ਸ਼ਾਇਦ, ਉਹਦੇ ਬਾਰੇ ਜ਼ਰੂਰ ਜ਼ਿਕਰ ਕਰੋ। ਉਸ ਤੋਂ ਬਾਅਦ ਮੈਂ ਹੜ੍ਹਾਂ ਵਾਲੀ ਗੱਲ 'ਤੇ ਵੀ ਆਉਣਾ, ਮੈਨੂੰ ਇਹਨੂੰ ਦੇਖ ਕੇ ਯਾਦ ਆਇਆ। ਇਹ ਯਾਰ ਸਾਡੇ ਭਰਾ ਨੇ, ਜੇ ਕਿਸੇ ਦੀ ਰੋਟੀ ਚੱਲਦੀ ਕਿਸੇ ਕਾਰੋਬਾਰ ਤੋਂ ਆਪਦੀ ਮਿਹਨਤ ਕਰਕੇ ਰੋਟੀ ਚਲਾਉਂਦਾ ਕੋਈ ਬੰਦਾ, ਤਾਂ ਅਸੀਂ ਕਿਸੇ ਨੂੰ ਜੇ ਰੋਟੀ ਦੇਣ ਜੋਗੇ ਹਾਂ ਰੋਟੀ ਦਈਏ, ਕਿਸੇ ਦੀ ਅਸੀਂ ਰੋਟੀ ਖੋਹਦੇ ਨਹੀਂ। ਆਮ ਆਦਮੀ ਪਾਰਟੀ ਤਾਂ ਹੈਗੀ, ਆਮ ਲੋਕਾਂ ਦੀ ਪਾਰਟੀ ਆ, ਅਤੇ ਇਹ ਉਹ ਭਰਾ ਨੇ ਸਾਡੇ ਜਗਾੜੂ ਰੇਹੜੀਆਂ ਵਾਲੇ, ਇਹਨਾਂ ਆਪਦੀਆਂ ਰੇਹੜੀਆਂ 'ਤੇ ਸਾਡੇ ਪੋਸਟਰ ਝੰਡੇ ਲਾ ਕੇ ਸਾਡਾ ਪ੍ਰਚਾਰ ਕੀਤਾ। ਹੁਣ ਮੈਂ ਗੱਲ ਕਰਦਾ ਤੁਹਾਡਾ ਰੋਡ ਮੈਪ, ਤੁਹਾਡਾ ਵਿਜ਼ਨ ਕੀ ਹੈ ਖਡੂਰ ਸਾਹਿਬ ਹਲਕੇ ਨੂੰ ਲੈ ਕੇ, ਕਿਉਂਕਿ ਇਹਨੂੰ ਪੰਥਕ ਹਲਕਾ ਵੀ ਮੰਨਿਆ ਜਾਂਦਾ। ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜੀ ਆਪਾਂ ਹੜ੍ਹਾਂ ਦੀ ਗੱਲ ਕੀਤੀ ਆ, ਸੈਂਟਰ ਦੇ ਵਿੱਚ ਜਦੋਂ ਆਪਦੇ ਭਰਾ ਨੂੰ ਖਡੂਰ ਸਾਹਿਬ ਲੋਕ ਸਭਾ ਦੀ ਸੰਗਤ ਭੇਜੂਗੀ, ਅਤੇ ਅਸੀਂ ਜਿਹੜਾ 6800 ਰੁਪਈਆ ਮੁਆਵਜ਼ਾ ਵਾ ਉਹ 50,000 ਰੁਪਈਆ ਘੱਟ ਤੋਂ ਘੱਟ ਇੱਥੋਂ ਦੇ ਜਿਹੜੇ ਹੜ੍ਹ ਪੀੜਿਤ ਕਿਸਾਨ ਆ
ਉਹਨਾਂ ਨੂੰ ਲੈ ਕੇ ਆਵਾਂਗੇ। ਲੋਕ ਸਭਾ ਦੀ ਚੋਣ ਤੁਸੀਂ ਪਹਿਲੀ ਵਾਰ ਲੜਨ ਜਾ ਰਹੇ ਹੋ, ਹਾਲਾਂਕਿ ਜਦੋਂ ਵਿਧਾਇਕ ਦੀ ਵੀ ਲੜੇ ਸੀ ਉਦੋਂ ਕੋਈ ਤਜਰਬਾ ਨਹੀਂ ਸੀ, ਪਰ ਲੋਕਾਂ ਨੇ ਫਤਵਾ ਦਿੱਤਾ, 92 MLA ਤੁਹਾਡੇ ਬਣੇ। ਹੁਣ ਇਸ ਵਾਰ ਕੀ ਮਾਹੌਲ, ਕੀ ਲੱਗ ਰਿਹਾ? ਆਪਾਂ ਨਾਲ ਨਾਲ ਚਲਦੇ ਚਲਦੇ ਗੱਲਬਾਤ ਕਰਦੇ ਹਾਂ। ਦੇਖੋ ਲੋਕ ਜਿਹੜੇ ਆ ਨਾ ਉਹ ਆਮ ਆਦਮੀ ਪਾਰਟੀ ਦੇ ਜਿਹੜੇ 2 ਸਾਲਾਂ ਦੇ ਕੰਮ ਕੀਤੇ ਆ। ਸਤਿ ਸ਼੍ਰੀ ਅਕਾਲ ਭੈਣਾ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ, ਸਤਿ ਸ਼੍ਰੀ ਅਕਾਲ ਮਾਸਟਰ ਜੀ। ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਕੰਮਾਂ ਨੂੰ ਲੋਕ ਜਿਹੜੇ ਉਹ ਫਤਵਾ ਦੇਣਗੇ। ਇੱਥੇ ਬਹਿ ਜਾਓ 2 ਮਿੰਟ। ਤਾਂ ਮੈਂ ਇਹ ਚਾਹੁੰਦਾ ਜਾਣਨਾ ਕਿ ਇੱਕ ਤਾਂ ਤੁਹਾਡੇ ਲਈ ਬਾਕੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਕਿੰਨੀ ਕੁ ਵੱਡੀ ਚੁਣੌਤੀ ਹੈ? ਲੋਕ ਜਿਹੜੇ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਪੰਜਾਬ ਦੇ ਕੀਤੇ ਕੰਮਾਂ ਨੂੰ ਫਤਵਾ ਦੇਣਗੇ। 90% ਲੋਕਾਂ ਦੇ 0 ਬਿੱਲ ਆਉਂਦੇ ਪਏ ਆ, ਮੁਹੱਲਾ ਕਲੀਨਿਕ ਖੁੱਲ੍ਹ ਰਹੇ ਆ, ਦਵਾਈਆਂ ਟੈਸਟ ਇਲਾਜ ਫ੍ਰੀ ਹੋ ਰਹੇ ਆ, ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਹੇ ਆ। ਜਿਹੜੇ ਕੋਈ ਰਹਿ ਗਏ ਆ ਖੇਤ ਜਿਨ੍ਹਾਂ 'ਤੇ ਪਾਣੀ ਨਹੀਂ ਪਹੁੰਚਿਆ, ਉਹ ਵੀ ਅਸੀਂ ਮਹਿਜ 1 ਸਾਲ ਦੇ ਵਿੱਚ ਨਵੇਂ ਸੂਏ ਨਵੇਂ ਖਾਲ ਬਣਾ ਕੇ ਅੰਡਰਗਰਾਊਂਡ ਪੈਪ ਪਾ ਕੇ 1-1 ਏਕੜ ਤੱਕ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਵੀ ਆਪਾਂ ਪਾਣੀ ਪਹੁੰਚਾ ਦੇਣਾ ਲੋਕਾਂ ਦੇ ਖੇਤਾਂ ਤੱਕ। ਆਮ ਆਦਮੀ ਪਾਰਟੀ ਦੀ ਸਰਕਾਰ 'ਚ ਹਰ ਇੱਕ ਭਾਵੇਂ ਕਿਸੇ ਕੋਲ ਕਿੱਲਾ ਅਤੇ ਕਿਸੇ ਕੋਲ 50 ਕਿੱਲੇ ਅਤੇ ਕਿਸੇ ਕੋਲ 100 ਕਿੱਲਾ, ਹਰੇਕ ਦੇ ਸਤਿ ਸ਼੍ਰੀ ਅਕਾਲ ਭੈਣਾ ਅੱਜ ਹਰੇਕ ਦੇ ਖੇਤ ਤੱਕ, ਹੋਰ ਠੀਕ ਠਾਕ ਜੇ, ਹਰੇਕ ਦੇ ਖੇਤ ਤੱਕ ਜਿਹੜਾ ਉਹ ਪਾਣੀ ਪਹੁੰਚ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸਾਨ ਇਹ ਨਹੀਂ ਕਹੂਗਾ ਕਿ ਮੇਰੇ ਖੇਤ ਤੱਕ ਪਾਣੀ ਜਿਹੜਾ ਉਹ ਵਿਤਕਰਾ ਹੋਇਆ ਜਾਂ ਮੇਰੇ ਖੇਤ ਤੱਕ ਪਾਣੀ ਨਹੀਂ ਆਇਆ। ਇਹ ਆਮ ਲੋਕਾਂ ਦੀ ਸਰਕਾਰ ਆ ਅਤੇ ਆਮ ਲੋਕਾਂ ਲਈ ਕੰਮ ਕਰ ਰਹੀ ਹੈ। ਪਰ ਜਿੱਦਾਂ ਅਸੀਂ ਹੜ੍ਹਾਂ ਦੀ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਆਮ ਬੰਦੇ ਦੇ ਖੇਤ ਤੱਕ ਪਾਣੀ ਨਹੀਂ ਪਹੁੰਚਦਾ, ਪਰ ਜਦੋਂ ਹੜ੍ਹ ਆਉਂਦੇ ਨੇ ਤਾਂ ਉਹ ਬੰਦੇ ਦੀ ਵੀ ਖੇਤ ਤੱਕ ਪਾਣੀ ਪਹੁੰਚ ਜਾਂਦਾ ਜਿਹੜਾ ਪਾਣੀ ਲਈ ਤਰਸਦਾ ਰਹਿੰਦਾ, ਤਾਂ ਉਸ ਚੀਜ਼ ਨੂੰ, ਕਿਉਂਕਿ ਗੱਲ ਵਿੱਚ ਜਗਾੜੂ ਰੇੜੀ ਦੀ ਤੁਰ ਪਈ ਸੀ, ਉਹ ਗੱਲ ਮੈਂ ਚਾਹੁੰਦਾ ਕਿ ਕਲੀਅਰ ਜ਼ਰੂਰ ਕਰੋ। ਹੜ੍ਹ ਪੀੜਤ ਜਿਹੜੇ ਏਰੀਏ ਆ ਉਹਨਾਂ ਲਈ ਇੰਡੀਆ ਲਾਈਨ ਦੀ ਸਾਡੀ ਸਰਕਾਰ ਬਣਾ ਦੇਣੀ ਬਾਬੇ ਨਾਨਕ ਨੇ, ਉਹਨਾਂ ਵਾਸਤੇ ਕਿਸਾਨਾਂ ਲਈ 50,000 ਰੁਪਈਆ ਪ੍ਰਤੀ ਏਕੜ ਜਿਹੜਾ ਉਹ ਅਸੀਂ ਮੁਆਵਜ਼ਾ ਦੇਵਾਂਗੇ। ਉਹਨਾਂ ਦੇ ਨਾਲ ਜਿਹੜੇ ਮਜ਼ਦੂਰ ਪਰਿਵਾਰ ਆ ਸਾਡੇ, ਐਸੀ ਪਰਿਵਾਰ ਜਿਹੜੇ ਖੇਤਾਂ 'ਚ ਕੰਮ ਕਰਕੇ ਆਪਦੇ ਪਰਿਵਾਰ ਪਾਲਦੇ ਆ, ਉਹਨਾਂ ਵਾਸਤੇ ਵੀ ਅਸੀਂ ਕੋਈ ਨਾ ਕੋਈ ਮਹੀਨੇ ਦਾ ਪ੍ਰਤੀ ਵਿਅਕਤੀ ਕੋਈ 2-3 ਹਜ਼ਾਰ ਰੁਪਈਆ ਉਹਨਾਂ ਵਾਸਤੇ ਵੀ ਪੈਕੇਜ ਲੈ ਕੇ ਆਵਾਂਗੇ, ਤਾਂ ਜੋ ਉਹਨਾਂ ਗਰੀਬ ਪਰਿਵਾਰਾਂ ਦਾ ਚੁੱਲ੍ਹਾ ਚੱਲਦਾ ਰਹੇ। ਤੁਸੀਂ ਕਿਸਾਨ ਦਾ ਜ਼ਿਕਰ ਕੀਤਾ, ਕੁਝ ਪਾਰਟੀਆਂ ਦਾ ਪਿੰਡਾਂ ਦੇ ਵਿੱਚ ਬਹੁਤ ਜ਼ਬਰਦਸਤ ਵਿਰੋਧ ਹੋ ਰਿਹਾ, ਕੀ ਲਾਲਜੀਤ ਭੁੱਲਰ ਪਿੰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਪਾ ਰਹੇ ਨੇ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ? ਤੁਹਾਡਾ ਵਿਰੋਧ ਤਾਂ ਨਹੀਂ ਹੋ ਰਿਹਾ? ਦੇਖੋ ਵਿਰੋਧ ਕਿਹਦਾ ਹੋ ਰਿਹਾ, ਵਿਰੋਧ ਉਹਨਾਂ ਦਾ ਹੋ ਰਿਹਾ ਜਿਹੜੇ BJP ਦੇ ਉਮੀਦਵਾਰ ਨੇ, ਤੇ ਦੇਖੋ ਹੋਣਾ ਵੀ ਚਾਹੀਦਾ। ਜਦੋਂ ਸੈਂਟਰ 'ਚੋਂ ਤਾਂ ਗੋਲੀਆਂ ਮਾਰਦੇ ਪਏ ਸਾਡੇ ਕਿਸਾਨਾਂ ਨੂੰ, ਮੰਗਦੇ ਕੀ ਪਏ ਆ? ਸਿਰਫ ਇਹੋ ਮੰਗਦੇ ਪਏ ਵੀ ਜਿਹੜੀ ਸਾਡੀ ਫਸਲ ਆ ਉੱਤੇ MSP ਦੀ ਗਰੰਟੀ ਦਿਓ, ਵੀ MSP ਉੱਤੇ ਯਕੀਨਨ ਬਣਾਓ, ਅਤੇ ਉਹ ਪਾਰਟੀ ਹੁਣ ਇਹ ਕਹਿੰਦੀ ਪਈ ਆ ਵੀ ਸਾਨੂੰ ਵੋਟਾਂ ਦਿਓ, ਫਿਰ ਵਿਰੋਧ ਤਾਂ ਹੋਣਾ ਹੀ ਆ। ਵਿਰੋਧ ਹੋਣਾ ਤਾਂ ਵੇਖੋ ਜੇ ਸਾਡਾ ਹੱਕ ਖੋਹਦੇ ਪਏ ਸਾਡੇ ਤੋਂ, ਇਹ ਤਾਂ ਕੋਈ ਹੈਗਾ ਨਹੀਂ ਵੀ ਅਸੀਂ ਕੋਈ ਖਰਾਤ ਮੰਗਦੇ ਪਏ ਹਾਂ। ਅਸੀਂ ਤਾਂ ਤੁਸੀਂ ਕਿਸਾਨਾਂ ਦੇ ਨਾਲ ਜਾ ਕੇ ਕਿਹੜੇ ਐਸੇ ਵਾਅਦੇ ਕਰ ਰਹੇ ਹੋ ਕਿ ਕਿਸਾਨ ਤੁਹਾਨੂੰ ਆਪਣਾ ਜਿਹੜਾ ਵੋਟ ਹੈ ਦੇਣ ਜਾਂ ਸਮਰਥਨ ਦੇਣ? ਮੈਂ ਆਪ ਕਿਸਾਨ ਦਾ ਪੁੱਤ ਆ, ਮੈਂ ਆਪ ਕਿਸਾਨ ਆ, ਮੈਂ ਆਪ ਖੇਤੀ ਕਰਦਾ, ਨਾਲ ਮੈਂ ਅੜ ਦਾ ਕੰਮ ਵੀ ਕਰਦਾ। ਮੈਨੂੰ ਪਤਾ ਕਿਸਾਨ ਦਾ ਕੀ ਦਰਦ ਆ, ਮੈਨੂੰ ਪਤਾ ਵੀ ਕਿਸਾਨ ਜਦੋਂ ਫਸਲ ਬੀਜਦਾ ਨਾ ਉਹ ਜਿੰਨੀ ਪੂੰਜੀ ਕੋਲ ਹੁੰਦੀ ਉਹ ਵੀ ਲਾ ਲੈਂਦਾ, ਆੜਤੀਏ ਤੋਂ ਵੀ ਵਿਆਜੀ ਚੁੱਕ ਕੇ ਲਾ ਲੈਂਦਾ, ਬੈਂਕਾਂ 'ਚ ਲਿਮਟਾਂ ਵੱਧ ਜਾਂਦੀਆਂ ਉਹ ਵੀ ਪੈਸੇ ਲੱਗ ਜਾਂਦੇ ਆ, ਜੇ ਕੋਈ ਗਹਿਣਾ ਗੱਟਾ ਹੁੰਦਾ ਨਾ ਉਹ ਵੀ ਸੁਨਿਆਰੇ ਕੋਲ ਗਹਿਣੇ ਪਾ ਕੇ ਉਹ ਵੀ ਫਸਲ 'ਤੇ ਲੱਗ ਜਾਂਦੇ ਆ, ਅਤੇ ਲਾਸਟ 'ਤੇ ਜਾ ਕੇ ਜਦੋਂ ਫਸਲ ਪੱਕਦੀ ਆ, ਫਸਲ ਪੱਕਦੀ ਆ ਅਤੇ ਉਹ ਮੰਡੀ 'ਚ ਜਾਂਦੀ ਆ, ਮੰਡੀ 'ਚੋਂ ਫਸਲ ਤੋਂ ਹੀ ਦੁਕਾਨਾਂ ਦੇ ਉਧਾਰ ਆਪਦਾ ਜਿਹੜਾ ਗਹਿਣਾ ਗੱਟਾ ਗਹਿਣੇ ਪਾਇਆ ਹੁੰਦਾ ਉਹ ਛਡਾਉਣਾ ਹੁੰਦਾ। ਹੋਰ ਛੁੱਟੀ ਵੀ ਠੀਕ ਠਾਕ ਆਪਣਾ ਨਾਲ ਨਾਲ ਗੰਦੇ ਦਾ ਰਸ ਵੀ ਜੋ ਹੈ ਉਹ ਮੰਤਰੀ ਸਾਹਿਬ ਪੀਣਗੇ। ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਗਲੀਆਂ ਨਾਲੀਆਂ ਸੜਕਾਂ ਤਾਂ ਇੱਕ ਕੌਂਸਲਰ ਵੀ ਜੋ ਹੈ ਉਹ ਇਹਨਾਂ ਕੰਮਾਂ ਨੂੰ ਕਰਾ ਸਕਦਾ। MP ਦੇ ਲਈ ਇੱਕ ਪੂਰੇ ਹਲਕੇ ਦੀ ਜ਼ਿੰਮੇਵਾਰੀ ਹੁੰਦੀ ਹੈ,
ਉਸ ਚੀਜ਼ ਨੂੰ ਲੈ ਕੇ ਕਿੰਨੀ ਕੁ ਤਿਆਰੀ ਹੈ ਜਾਂ ਕੋਈ ਉਹਦੇ ਲਈ ਸਟੱਡੀ ਕੀਤਾ ਕਿ ਮੈਂ ਜੇ ਬਣਦਾ MP ਤਾਂ ਮੈਂ ਆਹ ਕੰਮ ਜਿਹੜੇ ਲੋਕਾਂ ਦੇ ਕਰਵਾਉਣੇ ਆ? ਬਿਲਕੁਲ, ਸਾਡੇ ਵੱਡੀਆਂ ਲੋੜਾਂ ਨੇ, ਸਾਡੇ ਇੱਥੇ ਇੰਡਸਟਰੀ ਲਿਆਉਣ ਵਾਲੀ ਆ, ਕਿਉਂਕਿ ਬਾਰਡਰ ਬੈਲਟ ਆ, ਕੰਮਕਾਰ ਬਹੁਤ ਘੱਟ ਆ, ਇੰਡਸਟਰੀ ਲੈ ਕੇ ਆਵਾਂਗੇ। ਆਹ ਹੁਣ ਸਾਡੀ ਸਰਕਾਰ ਬਣੀ ਨੂੰ, ਆਮ ਆਦਮੀ ਪਾਰਟੀ ਦੀ ਨੂੰ 2 ਸਾਲ ਹੋ ਗਏ ਆ। 2 ਸਾਲਾਂ ਦੇ ਵਿੱਚ ਪੱਟੀ ਹਲਕੇ ਇਕੱਲੇ 'ਚ 32 ਦੇ ਕਰੀਬ ਲਿਆ ਕੇ ਦੂਜੇ ਜ਼ਿਲ੍ਹਿਆਂ 'ਚੋਂ ਤਰਲਾ ਮਿੰਤ ਕਰਕੇ 32 ਦੇ ਕਰੀਬ ਸ਼ੇਲਰ ਲਵਾਏ ਆ। ਦੇਖੋ, ਇੰਡਸਟਰੀ ਜਦੋਂ ਇੱਥੇ ਆਊਗੀ, ਇੱਕ ਤਾਂ ਮਿਸਤਰੀਆਂ ਨੂੰ, ਮਜ਼ਦੂਰਾਂ ਨੂੰ ਅਤੇ ਜਿਹੜੇ ਬੇਰੁਜ਼ਗਾਰ ਨੌਜਵਾਨ ਉਹਨਾਂ ਨੂੰ ਵੀ ਕੰਮ ਮਿਲੂਗਾ। ਨਾਲ ਸਾਡੇ ਏਰੀਏ ਦੇ ਵਿੱਚ ਜਦੋਂ ਇੰਡਸਟਰੀ ਆ ਗਈ ਅਤੇ ਜਿਹੜਾ ਆ ਨਸ਼ੇ ਦੀ ਜ਼ਹਿਰ ਅਲਾਮਤ ਲੱਗੀ ਆ, ਉਹ ਆਪੇ ਦੂਰ ਹੋ ਜਾਣਾ, ਕਿਉਂਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਆ ਉਹ ਹੀ ਪੁੱਠੇ ਰਸਤਿਆਂ 'ਤੇ ਚੱਲਦੇ ਅਤੇ ਉਹਨਾਂ ਨੂੰ ਵੇਖ ਕੇ ਜਿਹੜੇ ਹੋਰ ਵਿਹਲੇ ਆ ਉਹ ਵੀ ਉਸੇ ਰਾਹ 'ਤੇ ਤੁਰ ਪੈਂਦੇ ਆ। ਇੱਥੇ ਚੰਗੀਆਂ ਗਰਾਊਂਡਾਂ ਜਿਹੜੀਆਂ ਉਹ ਬਣ ਰਹੀਆਂ ਅਤੇ ਘੱਟ ਤੋਂ ਘੱਟ ਅਸੀਂ 25 ਤੋਂ 26 ਗਰਾਊਂਡਾਂ ਬਣਾਉਣ ਦਾ ਟੀਚਾ ਲਿਖਿਆ ਇੱਥੇ ਪੱਟੀ ਹਲਕੇ ਦੇ ਵਿੱਚ। ਤੁਹਾਡੇ ਹਲਕੇ ਦੀ ਗੱਲ ਕਰਾਂ, ਤੁਹਾਡੇ MLA ਬਣਨ ਤੋਂ ਪਹਿਲਾਂ ਬਹੁਤ ਜ਼ਿਆਦਾ ਇਸ ਇਲਾਕੇ ਦੀ ਬਦਨਾਮੀ ਸੀ, ਸੋਸ਼ਲ ਮੀਡੀਆ 'ਤੇ, ਅਖਬਾਰਾਂ 'ਤੇ, TV ਦੇ ਵਿੱਚ ਵੀ ਇਹ ਚੀਜ਼ਾਂ ਆ ਚੁੱਕੀਆਂ ਸੀ ਕਿ ਬਹੁਤ ਸਾਰੇ ਨੌਜਵਾਨਾਂ ਦੀਆਂ ਮੌਤਾਂ ਹੋਈਆਂ। ਕੀ ਤੁਹਾਡੀ ਸਰਕਾਰ ਬਣਨ ਤੋਂ ਬਾਅਦ ਉਹ ਕੋਈ ਦਰ ਘਟੀ ਹੈ, ਕੋਈ ਨਸ਼ੇ ਨੂੰ ਲੈ ਕੇ ਕੋਈ ਵੱਡੇ ਸਮਗਲਰ ਫੜੇ ਗਏ ਹੋਣ ਜਾਂ ਨਸ਼ੇ ਨੂੰ ਠੱਲ ਪਈ ਹੋਵੇ? ਬਿਲਕੁਲ, ਨਸ਼ਾ ਜਿਹੜਾ ਵਾ ਉਹ ਅੱਗੇ ਨਾਲੋਂ ਘਟਿਆ ਅਤੇ ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਖਤਮ ਹੋ ਗਿਆ, ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਖਤਮ ਹੋ ਗਿਆ, ਪਰ ਅੱਗੇ ਨਾਲੋਂ ਜਿਹੜਾ ਨਸ਼ਾ ਅਤੇ ਸਮਗਲਰ ਆ ਉਹ ਘਟਿਆ ਆ, ਸਮਗਲਰ ਵੀ ਜਿਹੜੇ ਆ ਉਹ ਡਰ ਕੇ ਚੱਲਦੇ ਆ। ਇੱਕ ਮੈਂ ਪਹਿਲਾਂ ਜਦੋਂ ਪਹਿਲੀਆਂ ਸਰਕਾਰਾਂ ਵੇਲੇ ਬਹੁਤ ਸਾਰੇ ਨੌਜਵਾਨਾਂ ਨੇ ਵੈਪਨ ਦੇ ਲਾਇਸੈਂਸ ਲਏ, ਉਹ ਵੀ ਇਸ ਵਰਗ ਅਸੀਂ ਨੌਜਵਾਨਾਂ ਨੂੰ ਵੀ ਮਿਲਦੇ ਹਾਂ, ਉਹ ਕਈ ਵਾਰੀ ਸੁਣਨ ਨੂੰ ਮਿਲਦਾ ਕਿ ਹੁਣ ਲਾਇਸੈਂਸ ਬਣਵਾਉਣਾ ਬਹੁਤ ਮੁਸ਼ਕਲ ਹੋ ਗਿਆ। ਕੀ ਸਿਆਸਤਦਾਨ ਸਿਫਾਰਿਸ਼ ਨਹੀਂ ਕਰਦੇ ਜਾਂ ਸਰਕਾਰ ਨੇ ਜਿਹੜੇ ਨਿਯਮ ਹੀ ਇੰਨੇ ਔਖੇ ਕਰਦੇ ਆ? ਦੇਖੋ, ਨਿਯਮ ਕੋਈ ਔਖਾ ਨਹੀਂ ਗਾ। ਅੱਗੇ ਕੀ ਹੁੰਦਾ ਸੀ, ਅੱਗੇ ਜਿਹੜਾ ਬੰਦਾ ਗਲਤ ਕੰਮ ਕਰਦਾ ਸੀ ਅਤੇ ਲੀਡਰ ਨੇ ਉਹਨੂੰ ਬੂਥ ਕੈਪਚਰਿੰਗ ਕਰਨ ਲਈ ਵਰਤਣਾ ਅਤੇ ਉਹਦਾ ਲਾਇਸੈਂਸ ਸਭ ਤੋਂ ਪਹਿਲਾਂ ਬਣਾਉਣਾ ਵੀ ਇਹਨੇ ਬੂਥ ਕੈਪਚਰ ਕਰਨਾ, ਇਹਦਾ ਲਾਇਸੈਂਸ ਬਣਾ ਦਈਏ ਅਤੇ ਇਹਦੇ ਕੋਲ ਹਥਿਆਰ ਹੋਊ ਅਤੇ ਇਹਦਾ ਹਥਿਆਰ ਮੁੜ ਕੇ ਵੋਟਾਂ ਦੇ ਵੇਲੇ ਵਰਤਾਂਗੇ। ਹੁਣ ਸਾਡੀ ਸਰਕਾਰ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸਿੱਧੇ ਹੀ ਨਿਰਦੇਸ਼ ਨੇ ਵੀ ਜੇ ਕੋਈ ਸਮਾਜ ਵਿਰੋਧੀ ਅੰਸਰ ਆ, ਕੋਈ ਗਲਤ ਬੰਦਾ ਆ, ਉਹਦਾ ਬਿਲਕੁਲ ਸਾਥ ਨਾ ਦਿੱਤਾ ਜਾਵੇ। ਉਹਦੇ 'ਤੇ ਜੇ ਕੋਈ ਹੱਥ ਰੱਖੂਗਾ ਲੀਡਰ ਜਾਂ ਕੋਈ ਉਹਦਾ ਸਾਥ ਦਊਗਾ ਅਤੇ ਉਸ ਲੀਡਰ 'ਤੇ ਵੀ ਕਾਰਵਾਈ ਹੋਊ। ਇੱਕ ਮੇਰਾ ਆਖਰੀ ਸਵਾਲ, ਜਿਸ ਤਰ੍ਹਾਂ ਇਹ ਕਿਹਾ ਜਾ ਰਿਹਾ ਕਿ ਇੱਕ ਤਾਂ ਹਾਲੇ ਅਕਾਲੀ ਦਲ ਨੇ ਔਰ ਕਾਂਗਰਸ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ, ਚਰਚਾਵਾਂ ਨੇ ਕਿ ਬਿਕਰਮ ਮਜੀਠੀਆ ਨੂੰ ਉਮੀਦਵਾਰ ਬਣਾਇਆ ਜਾ ਸਕਦਾ, ਜੇਕਰ ਉਹ ਉਮੀਦਵਾਰ ਨਹੀਂ ਵੀ ਬਣਦੇ ਤਾਂ ਮਾਝੇ ਦੇ ਵਿੱਚ ਉਹ ਚੋਣ ਪ੍ਰਚਾਰ ਦੇ ਲਈ ਪੂਰਾ ਜਿਹੜਾ ਅੱਡੀ ਚੋਟੀ ਦਾ ਜ਼ੋਰ ਲਗਾ ਸਕਦੇ ਨੇ, ਉਹ ਕਿੰਨੀ ਕੁ ਵੱਡੀ ਚੁਣੌਤੀ ਹੈ ਖਾਸ ਤੌਰ 'ਤੇ ਤੁਹਾਡੇ ਲਈ, ਕਿਉਂਕਿ ਪੰਥਕ ਹਲਕਾ ਮੰਨਿਆ ਜਾਂਦਾ ਖਡੂਰ ਸਾਹਿਬ? ਦੇਖੋ, ਲੋਕਤੰਤਰ ਆ, ਇਹ ਤਾਂ ਲੋਕਾਂ ਨੇ ਫਤਵਾ ਦੇਣਾ, ਜਿਹੜਾ ਮਰਜ਼ੀ ਜਿੱਡਾ ਮਰਜ਼ੀ ਵੱਡਾ ਲੀਡਰ ਆ। ਆਹ 2022 ਦੇ ਵਿੱਚ ਵੱਡੇ ਵੱਡੇ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਆਦੇਸ਼ ਪ੍ਰਤਾਪ ਕੈਰੂ, ਚਰਨਜੀਤ ਚੰਨੀ, ਕਿਹੜੇ ਕਿਹੜੇ ਵੱਡੇ ਦਿੱਗਜ ਲੋਕਾਂ ਨੇ ਹਰਾ ਕੇ ਅਤੇ ਪਾਸੇ ਮਾਰੇ। ਉਸੇ ਤਰ੍ਹਾਂ ਹੀ ਹੁਣ ਵੀ ਲੋਕ ਜਿਹੜੇ ਆ ਨਾ ਉਹ ਬੜੇ ਸਿਆਣੇ ਹੋ ਗਏ ਆ, ਅੱਗੇ ਵਾਲੀਆਂ ਗੱਲਾਂ ਨਹੀਂ ਰਹੀਆਂ। ਲੋਕਾਂ ਨੂੰ ਇਹ ਪਤਾ ਵਾ ਵੀ ਪੁਰਾਣੇ ਰਵਾਇਤੀ 5 ਸਾਲਾਂ 'ਚ ਕੀ ਕਰਦੇ ਰਹੇ ਆ ਅਤੇ ਇਹਨਾਂ ਨੇ 2 ਸਾਲਾਂ 'ਚ ਕੀ ਕੀਤਾ। ਆਖਰੀ ਸਵਾਲ, ਵਿਰੋਧੀ ਪਾਰਟੀਆਂ ਇਹ ਇੱਕ ਤੰਜ ਕੱਸਦੀਆਂ ਨੇ ਕਿ ਆਮ ਆਦਮੀ ਪਾਰਟੀ ਸਿਰਫ ਸੋਸ਼ਲ ਮੀਡੀਆ ਦੇ ਦਮ 'ਤੇ ਚੋਣ ਲੜੀ ਸੀ ਔਰ ਹੁਣ ਹਰ ਇੱਕ ਪਾਰਟੀ ਨੇ ਆਪਣਾ ਸੋਸ਼ਲ ਮੀਡੀਆ ਵਿੰਗ ਵੀ ਤਿਆਰ ਕਰ ਲਿਆ, ਪਰ ਤੁਹਾਨੂੰ ਲੱਗਦਾ ਕਿ ਇਕੱਲੇ ਸੋਸ਼ਲ ਮੀਡੀਆ ਦੇ ਉੱਤੇ ਇਹ ਜੰਗ ਜਿੱਤੀ ਜਾ ਸਕਦੀ ਜਾਂ 2 ਸਾਲ ਦੇ ਜਿਹੜੇ ਤੁਹਾਡੇ ਕੰਮ ਨੇ ਉਹ ਵੀ ਲੋਕਾਂ ਦੇ ਵਿੱਚ ਜਾ ਕੇ ਦੱਸਣੇ ਪੈਣਗੇ, ਉਹਨਾਂ ਦੇ ਦਮ 'ਤੇ ਚੋਣ ਲੜੀ ਜਾਏਗੀ?
ਇਹ ਇਕੱਲਾ ਸੋਸ਼ਲ ਮੀਡੀਆ ਇਹਨਾਂ ਵਿੰਗ ਬਣਾ ਲਏ ਨਾ, ਭੰਡੀ ਪ੍ਰਚਾਰ ਕਰਦੇ ਆ ਰਵਾਇਤੀ ਆ ਜਿਹੜੇ ਅਕਾਲੀ ਕਾਂਗਰਸੀ ਬੀਜੇਪੀ ਵਾਲੇ, ਉਹ ਕਹਿੰਦੇ ਆਈ ਟੀ ਵਿੰਗ ਬੈਠੇ ਆ ਕਮੈਂਟ ਕਰੀ ਜਾਂਦੇ ਬੈਠੇ ਕਮੈਂਟ, ਬੜੀਆਂ ਸਾਨੂੰ ਗਾਲਾਂ ਕੱਢਦੇ ਆ, ਕੱਢੀ ਜਾਣ ਦੋ ਗਾਲਾਂ, ਕੋਈ ਗੱਲ ਨਹੀਂ। ਲੋਕਾਂ ਨੂੰ ਤਾਂ ਪਤਾ ਨਾ ਵੋਟਾਂ ਕਿੰਨਾ ਪਾਉਣੀਆਂ, ਵੋਟਾਂ ਪਾਉਣੀਆਂ ਆਮ ਲੋਕਾਂ ਨੇ ਜਿਹੜੇ ਕਮੈਂਟਾਂ 'ਤੇ ਜਾਂ ਫੇਸਬੁੱਕ 'ਤੇ ਨਹੀਂ ਬੈਠੇ। ਆਮ ਲੋਕ ਘਰਾਂ 'ਚ ਜਿਹੜੇ ਬੈਠੇ ਆ ਉਹ ਮਨ 'ਚ ਆਪਦੇ 'ਚ ਵਸਾ ਕੇ ਬੈਠੇ ਆ ਸਰਦਾਰ ਭਗਵੰਤ ਸਿੰਘ ਮਾਨ ਨੂੰ, ਸ਼੍ਰੀ ਅਰਵਿੰਦ ਕੇਜਰੀਵਾਲ ਨੂੰ। ਵਿਧਾਨ ਸਭਾ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਰੈਲੀਆਂ ਵੀ ਕੀਤੀਆਂ, ਚੋਣ ਪ੍ਰਚਾਰ ਵੀ ਕੀਤਾ, ਪਰ ਇਸ ਵਾਰ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ। ਤੁਹਾਨੂੰ ਲੱਗਦਾ ਕਿ ਉਹਦੇ ਨਾਲ ਕੋਈ ਚੋਣ ਪ੍ਰਚਾਰ ਦੇ ਉੱਤੇ ਅਸਰ ਪਿਆ? ਦੋ ਪਲੇਟਾਂ ਦੇ ਦੋ ਲਿਖੇ। ਦੇਖੋ, ਜਦੋਂ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਭੇਜਿਆ ਸੀ ਨਾ, ਉਦੋਂ ਤਾਂ ਮੈਨੂੰ ਵੀ ਮਹਿਸੂਸ ਹੋਇਆ ਵੀ ਯਾਰ ਸਾਡੇ ਨੇਤਾ ਨੇ ਅਤੇ ਇਹਨਾਂ ਨੂੰ ਜੇਲ੍ਹ 'ਚ ਬੰਦ ਕਰਤਾ ਗਾ, ਵੋਟਾਂ 'ਚ ਬੜਾ ਕੰਮ ਖਰਾਬ ਹੋਊਗਾ। ਜਿਵੇਂ ਜਿਵੇਂ ਦਿਨ ਪਏ ਅਤੇ ਨਾਲ ਜਦੋਂ ਦਿੱਲੀ ਵਾਲੀ ਰੈਲੀ ਹੋਈ ਆ, ਉਹਦੇ ਵਿੱਚ ਹਰ ਸਟੇਟ ਤੋਂ, ਭਾਰਤ ਦੀ ਕਿਹੜੀ ਸਟੇਟ ਸੀ ਜਿੱਥੋਂ ਲੋਕ ਨਹੀਂ ਆਏ, ਅੱਧ ਤੋਂ ਵੱਧ ਲੋਕਾਂ ਨੇ ਇਹ ਦੱਸਿਆ ਵੀ ਅਸੀਂ ਬੀਜੇਪੀ ਨਾਲ ਸੰਬੰਧ ਰੱਖਦੇ ਹਾਂ। ਤਾਂ ਮੈਂ ਫਿਰ ਇਹ ਪੁੱਛਿਆ ਵੀ ਤੁਸੀਂ ਬੀਜੇਪੀ ਨਾਲ ਜੇ, ਮੋਦੀ ਨਾਲ ਜੇ, ਅਤੇ ਫਿਰ ਇੱਥੇ ਤਾਂ ਕੇਜਰੀਵਾਲ ਦੇ ਹੱਕ 'ਚ ਰੈਲੀ ਹੋਈ ਆ, ਤੁਸੀਂ ਕੀ ਲੈਣਾ ਜੇ? ਅਤੇ ਲੋਕਾਂ ਨੇ ਕਿਹਾ ਅੱਜ ਤੋਂ ਪਹਿਲਾਂ ਅਸੀਂ ਨਰਿੰਦਰ ਮੋਦੀ ਨਾਲ ਬੀਜੇਪੀ ਨਾਲ ਹਾਂ। ਪਰ ਜਦੋਂ ਦਾ ਨਰਿੰਦਰ ਮੋਦੀ ਨੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਸੁੱਟਿਆ ਬਿਨਾਂ ਕਸੂਰ ਤੋਂ, ਉਦੋਂ ਦੇ ਅਸੀਂ ਨਰਿੰਦਰ ਮੋਦੀ ਦੇ ਉਲਟ ਅਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਨਾਲ ਹੋ ਗਏ ਹਾਂ। ਅਸੀਂ ਇੰਡੀਆ ਲਾਈਨ ਦੇ ਉਮੀਦਵਾਰਾਂ ਨੂੰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਕਰਾਂਗੇ। ਬਹੁਤ ਬਹੁਤ ਧੰਨਵਾਦ। ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਮੰਤਰੀ ਸਾਹਿਬ ਗੋਲਗੱਪਿਆਂ ਦਾ ਆਨੰਦ ਲੈ ਰਹੇ ਨੇ, ਤਾਂ ਅਸੀਂ ਗੱਲਬਾਤ ਵੀ ਕੀਤੀ ਤਾਂ ਵੱਡੇ ਦਾਅਵੇ ਉਹਨਾਂ ਵੱਲੋਂ ਕੀਤੇ ਗਏ ਆ, ਪਰ ਉਹਨਾਂ ਦਾਅਵਿਆਂ ਤੇ ਉੱਤੇ ਆਖਿਰਕਾਰ ਖਡੂਰ ਸਾਹਿਬ ਦੀ ਜਨਤਾ ਕਿੰਨਾ ਕੁ ਖਰਾ ਉਤਰਦੀ ਹੈ, ਇਹ 4 ਜੂਨ ਦੇ ਨਤੀਜੇ ਦੱਸਣਗੇ।